ਸਾਰੇ ਗਾਮਾ ਕਾਰਵਾਂ ਪੰਜਾਬੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋ ਸਾਰੇ ਗਾਮਾ ਪੰਜਾਬੀ ਯੂਟਿਊਬ ਚੈਨਲ 'ਤੇ। ਸੰਗੀਤ ਦਾ ਅਸਰ ਸਾਡੇ ਸਭ 'ਤੇ ਹੀ ਗਹਿਰਾ ਹੁੰਦਾ ਹੈ। ਮਿਊਜ਼ਿਕ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਭਾਵਾਂ ਨੂੰ ਪ੍ਰਭਾਵਿਤ ਕਰਦਾ ਹੈ। ਕਦੀ ਤਾਂ ਅਪਬੀਟ ਗੀਤ ਸੁਣ ਕੇ ਸਾਡਾ ਮਨ ਖਿੜ ਜਾਂਦਾ ਹੈ, ਅਤੇ ਕਦੀ ਚੰਗੇ ਭਲੇ ਖੁਸ਼ ਹੁੰਦੇ ਹੋਏ ਇੱਕ ਦੁੱਖ ਭਰਾ ਗੀਤ ਸਾਡੇ ਹੰਝੂ ਨਿਕਾਲ ਸਕਦਾ ਹੈ। ਸਾਡੇ ਇਮੋਸ਼ਨਸ ਨੂੰ ਇਸ ਹੱਦ ਤੱਕ ਕਾਬੂ ਕਰਨਾ ਕੋਈ ਆਮ ਗੱਲ ਨਹੀਂ। ਅੱਜ ਦਾ ਸ਼ੋਅ ਵੀ ਅਸੀਂ ਇਹਨਾਂ ਇਮੋਸ਼ਨਸ ਦੇ ਦੁਆਲੇ ਹੀ ਲੈ ਕੇ ਚੱਲਾਂਗੇ। ਉਹਨਾਂ ਗੀਤਾਂ ਬਾਰੇ ਗੱਲ ਕਰਾਂਗੇ ਜੋ ਸਾਡੇ ਦਿਲ ਵਿੱਚ ਗਮ ਦੇ ਭਾਵ ਜਗਾ ਦਿੰਦੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਯਮਲਾ ਜੱਟ ਜੀ ਦੇ ਗੀਤ ਮੈਂ ਤੇਰੀ ਤੂੰ ਮੇਰਾ ਨਾਲ। ਤੁਸੀਂ ਸੁਣੋ ਮੁੜ ਕੇ ਇਸ ਭਾਵ ਉੱਤੇ ਬਣੇ ਗੀਤ, ਉਹਨਾਂ ਪਿੱਛੇ ਦੀ ਸੋਚ ਤੇ ਉਹਨਾਂ ਦਾ ਸਾਡੇ ਤੇ ਅਸਰ, ਇਸ ਬਾਰੇ ਗੱਲਾਂ ਜਾਰੀ ਰੱਖਾਂਗੇ ਕਾਰਵਾਂ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਤੇਰੇ ਨੀ ਕਰਾਰਾ ਮੈਨੂੰ ਪੱਟਿਆ,
ਇਸ਼ਕ ਵਾਲੇ ਪਾਸ਼ੇ ਦੀਆਂ ਨਰਦਾ ਖਲਾਰ ਕੇ ਓ ਇਸ਼ਕ ਵਾਲੇ ਪਾਸ਼ੇ ਦੀਆਂ ਨਰਦਾ ਖਲਾਰ ਕੇ ਜਿੱਤ ਗਈਆਂ ਤੂੰ ਅਸੀਂ ਬੈਗਬਾਜ਼ੀ ਹਾਰ ਕੇ ਮੈਨੂੰ ਵੇਖ ਮਜ਼ੂਰ ਤੇਰਾ ਚੱਲ ਗਿਆ ਯੋਰ ਤਾਂ ਮੂੰਹ ਤੂੰ ਸਜਣ ਤੋਂ ਵੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਉਣਾ ਜਿਹੜਾ ਜਾਵੇ ਛੱਡੀ ਉਹਨੂੰ ਮੀਨਾ ਏ ਜਹਾਨ ਦਾ ਨੀ ਤੂੰ ਰੋਸ਼ਨੀ ਵਖਾ ਕੇ ਮੈਨੂੰ ਦੁੱਖਾਂ ਵਿੱਚ ਪਾ ਕੇ ਨਾਲ ਲਓ ਤੂੰ ਸਰੀਰ ਵਿੱਚੋਂ ਚੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਮੈਂ ਕੀ ਪਿਆਰ ਵਿੱਚੋਂ ਖੱਟਿਆ ਸੱਸੀ ਸੋਹਣੀ ਸ਼ੀਰੀ ਵਾਂਗੂ ਤੂੰ ਵੀ ਕੁਝ ਸੋਚਨੀ ਸੱਸੀ ਸੋਹਣੀ ਸ਼ੀਰੀ ਵਾਂਗੂ ਤੂੰ ਵੀ ਕੁਝ ਸੋਚਨੀ ਲੀਲਾ ਵਾਂਗੂ ਤੱਤੀਏ ਨਾ ਮਾਸ ਸਾਡਾ ਨੋਚਨੀ ਪਾਰਾਂ ਛੱਡੀਏ ਯਾਦਾਂ ਤੈਨੂੰ ਅੱਖਾਂ ਚ ਬਹਾਵਾਂ ਤੇਰੇ ਰੂਪ ਦੀ ਕਚਾਰੀ ਮੈਨੂੰ ਫਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨੀ ਕਰਾਰਾ ਮੈਨੂੰ ਫਟਿਆ ਮੈਂ ਕੀ ਪਿਆਰ ਵਿੱਚੋਂ ਖੱਟਿਆ ਉਹ ਗੱਲ ਕਰ ਲੋਕੀ ਗਾਉਣ ਨੀ ਕਹਾਣੀਆਂ ਓ ਉਹ ਗੱਲ ਕਰ ਲੋਕੀ ਗਾਉਣ ਨੀ ਕਹਾਣੀਆਂ ਠੋਕਰਾਂ ਨਾ ਮਾਰ ਮੈਥੋਂ ਸਹੀਆਂ ਨਹੀਂ ਜਾਣੀਆਂ ਮੈਨੂੰ ਤੇਰੀ ਨੀ ਜੁਦਾਈ ਕਰ ਛੱਡਿਆ ਜੁਦਾਈ ਨਾਲੇ ਜੰਗਲਾ ਬਣਾ ਕੇ ਪਰਾਂ ਸੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ ਉਦਾਸ ਕਿਸਮ ਦੀ ਗਾਇਕੀ ਜਾਂ ਸੰਗੀਤ ਸਿਰਫ ਗਾਇਆ ਗਿਆ ਨਹੀਂ ਹੁੰਦਾ ਸਗੋਂ ਉਸ ਵਿੱਚ ਕਿਤੇ ਨਾ ਕਿਤੇ ਗਾਇਕ ਆਪਣਾ ਦੁੱਖ ਵੀ ਵਿਅਕਤ ਕਰਦਾ ਹੈ ਕਿਉਂਕਿ ਉਹੀ ਦਰਦ ਹੁੰਦਾ ਹੈ ਜਿਸ ਨਾਲ ਇੱਕ ਸਰੋਤਾ ਜੁੜਦਾ ਹੈ ਕਿਉਂਕਿ ਉਹ ਸਰੋਤਾ ਜੋ ਉਸ ਗੀਤ ਨੂੰ ਸੁਣਦਾ ਹੈ ਉਸ ਨਾਲ ਆਪਣਾ ਐਕਸਪੀਰੀਅੰਸ ਜਾਂ ਆਪਣੀ ਆਪ ਬੀਤੀ ਜੋੜ ਕੇ ਮਹਿਸੂਸ ਕਰਦਾ ਹੈ ਸੰਗੀਤ ਦੇ ਇਹੀ ਤਾਰ ਤਾਂ ਦਿਲਾਂ ਦੇ ਤਾਰ ਛੋਹ ਲੈਂਦੇ ਨੇ ਪੰਜਾਬੀ ਗੀਤਾਂ ਵਿੱਚ ਜਦ ਗਮ ਵਾਲੇ ਗੀਤਾਂ ਦੀ ਗੱਲ ਹੁੰਦੀ ਹੈ ਤਾਂ ਇੱਕ ਨਾਮ ਜ਼ਰੂਰ ਅੱਗੇ ਆਉਂਦਾ ਹੈ ਜਗਜੀਤ ਸਿੰਘ ਜੀ ਦਾ ਕਿਉਂਕਿ ਉਹਨਾਂ ਦੀਆਂ ਗਜ਼ਲਾਂ ਅਤੇ ਗੀਤ ਮੁੱਖ ਤੌਰ 'ਤੇ ਐਸੇ ਭਾਵ ਨੂੰ ਦਰਸਾਉਂਦੇ ਸੀ ਪਰ ਇਹੋ ਜਿਹਾ ਨਹੀਂ ਹੈ ਕਿ ਸਿਰਫ ਇਸੇ ਤਰ੍ਹਾਂ ਦੇ ਗੀਤ ਗਾਏ ਉਹਨਾਂ ਨੇ ਕੁਝ ਖੁਸ਼ੀ ਅਤੇ ਪਿਆਰ ਦੇ ਗੀਤ ਵੀ ਗਾਏ ਪਰ ਕੁਝ ਇਹੋ ਜਿਹਾ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਗੀਤਾਂ ਵਿੱਚ ਉਹ ਖੁਸ਼ੀ ਗਾਇਬ ਹੋ ਗਈ ਕੀ ਹੋਇਆ ਅਤੇ ਕਿਉਂ ਉਦਾਸੀ ਦੇ ਭਾਵਾਂ ਨੇ ਇੱਕ ਗਾਇਕ ਦਾ ਕਰੀਅਰ ਹੀ ਮੋੜ ਦਿੱਤਾ ਇਸ ਬਾਰੇ ਗੱਲ ਇਹਨਾਂ ਗੀਤਾਂ ਤੋਂ ਬਾਅਦ ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ ਸ਼ਹਿਰਦਾ
दियां गलियां मेरी चढ़ दी जवानी खा ली ए दियां गलियां मेरी चढ़ दी जवानी खा ली क्यों कराना दोस्ता सत्कार तेरे शहर दा जिथे मोया बाद भी कफन नहीं होया नसीब जिथे मोया बाद भी कफन नहीं होया नसीब कौन पागल हुण करे इतबार तेरे शहर दा रोग बन के रह गया है प्यार तेरे शहर दा एथे मेरी लाश तक नीलाम कर दिती गई एथे मेरी लाश तक नीलाम कर दिती गई लथिया करजाना फिर भी यार तेरे शहर दा रोग बन के रह गया है प्यार तेरे शहर दा। कारवां क्लासिक दे एपिसोड्स तुसी ऑफलाइन भी कर सकते हो ता जो तुसी एना नु कदी भी किते भी सुन सको इंजॉय कर सको। कच्ची टूट गई जिनां दी यारी पत्तना ते रोन खड़िया कच्ची टूट गई जिनां दी यारी पत्तना ते रोन खड़िया रोन खड़िया है रोन खड़िया है रोन खड़िया है जिन्ना प्यार कीता इक वारी पत्तना ते रोन खड़िया कच्ची टूट रातां
कच्ची टूट गई जिनादी यारी पतना ते लोन खड़ियां कच्ची टूट गई जिनादी यारी पतना ते लोन खड़ियां ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਅਸੀਂ ਗੱਲ ਕਰ ਰਹੇ ਸੀ ਜਗਜੀਤ ਸਿੰਘ ਜੀ ਬਾਰੇ ਕਿ ਕੀ ਹੋਇਆ ਕਿ ਅਚਾਨਕ ਉਹਨਾਂ ਦੇ ਗੀਤਾਂ ਦਾ ਰੁੱਖ ਬਦਲ ਗਿਆ। ਇਹ ਹੋਇਆ ਇੱਕ ਦੁੱਖ ਭਰੇ ਹਾਦਸੇ ਨਾਲ। ਉਹਨਾਂ ਦੇ ਜਮਾਂ 20 ਸਾਲਾਂ ਦੇ ਪੁੱਤਰ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਸ ਗੱਡੀ ਵਿੱਚ ਜੋ ਜਗਜੀਤ ਸਿੰਘ ਜੀ ਨੇ ਉਹਨਾਂ ਨੂੰ ਬੜੇ ਸ਼ੌਕ ਨਾਲ ਦਿੱਤੀ ਸੀ। ਇਸ ਹਾਦਸੇ ਨੇ ਇਸ ਪਰਿਵਾਰ 'ਤੇ ਬਹੁਤ ਹੀ ਗਹਿਰੀ ਛਾਪ ਛੱਡੀ, ਇੰਨੀ ਕਿ ਚਿਤਰਾ ਜੀ, ਜਗਜੀਤ ਸਿੰਘ ਜੀ ਦੇ ਪਤਨੀ ਤੇ ਮਸ਼ਹੂਰ ਗਾਇਕਾ ਨੇ ਹਾਦਸੇ ਤੋਂ ਬਾਅਦ ਗਾਣਾ ਹੀ ਛੱਡ ਦਿੱਤਾ ਤੇ ਜਗਜੀਤ ਸਿੰਘ ਜੀ ਦੇ ਗਜ਼ਲ ਤੇ ਗੀਤਾਂ ਵਿੱਚ ਮੁੜ ਕੇ ਸਿਰਫ ਦੁੱਖ ਹੀ ਸੁਣਨ ਨੂੰ ਮਿਲਿਆ। ਗਜ਼ਲ ਜਾਂ ਸ਼ੇਰ ਵਿੱਚ ਹਮੇਸ਼ਾ ਆਪਣੇ ਭਾਵ ਤਾਂ ਹੁੰਦੇ ਹੀ ਹਨ, ਪਰ ਜਦ ਵੀ ਉਹ ਉਸ ਨੂੰ ਗਾਉਂਦੇ ਤਾਂ ਉਸ ਵਿੱਚ ਉਹਨਾਂ ਦੀ ਆਪ ਵਾਪਰੀ ਸਾਫ਼ ਝਲਕਦੀ। ਤੁਸੀਂ ਅੱਗੇ ਸੁਣੋ ਸੁਰਿੰਦਰ ਕੌਰ ਜੀ ਦਾ ਗਾਇਆ ਮੋੜੇਗਾ ਕਦ ਮੋਹਰਾਂ। ਮੁੜ ਕੇ ਆਪਾਂ ਗੱਲਾਂ ਤੇ ਗੀਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਕਾਰਵਾਂ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ।
पर के छलक देने हर वेले तेरिया ही हर वेले तेरिया ही लबदी फिरान ਇਸ ਐਪੀਸੋਡ ਨੂੰ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਜ਼ਰੂਰ ਸ਼ੇਅਰ ਕਰਿਓ। ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ, ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ, ਆਪਣੀਆਂ ਸੋਚਾਂ ਵਿੱਚ ਆਪੇ ਮੁੱਕ ਜਾਈਦਾ, ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ। ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ, ਆਪਣੀਆਂ ਸੋਚਾਂ ਵਿੱਚ ਆਪੇ ਡੁੱਬ ਜਾਈਦਾ, ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ। ਨਬੀ
ਛੱਡ ਫਕੀਰ ਬਣਿਆ ਈਰ ਛੱਡ ਗਈ ਪੂਰ ਸਹੇਲੀਆਂ ਦਾ ਇੱਕ ਦਿਨ ਅਸਾਂ ਉੱਪਰ ਦੇਸੀਆਂ ਵੀ ਤੁਰ ਜਾਣਾ ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ ਛੱਡ ਯਾਰ ਆਲਮ ਤੇਰਾ ਦੁਨੀਆ ਤੇ ਕੰਮ ਕੀ ਉਹ ਵੀ ਤੁਰ ਗਿਆ ਜਿਹਦੇ ਦਮ ਨਾਲ ਦਮ ਆਲੀ ਸਾਰੀ ਨੂੰ ਨਹੀਂ ਸੱਜਣ ਬਣਾਈਦਾ ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ ਨਹੀਂ ਕਿਸੇ ਨੂੰ ਸੁਣਾਈਦਾ ਨਹੀਂ ਕਿਸੇ ਨੂੰ ਸੁਣਾਈਦਾ। ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਸੰਗੀਤਕਾਰ ਆਪਣੇ ਸੰਗੀਤ ਨਾਲ ਤੇ ਸੁਰਾਂ ਦੇ ਜਾਦੂ ਨਾਲ ਕੁਝ ਵੀ ਕ੍ਰੀਏਟ ਕਰ ਸਕਦੇ ਹਨ, ਕਦੀ ਖੁਸ਼ੀ ਦੇ ਭਾਵ, ਕਦੀ ਗਮ ਤੇ ਵਿਛੋੜੇ ਦੇ। ਟੈਕਨੀਕਲ ਤੌਰ ਤੇ ਦੇਖਿਆ ਜਾਵੇ ਤਾਂ ਸੁਰਾਂ ਨਾਲੋਂ ਇਹ ਸਾਡੀ ਕੰਡੀਸ਼ਨਿੰਗ ਤੇ ਜ਼ਿਆਦਾ ਨਿਰਭਰ ਕਰਦਾ ਹੈ। ਸਾਨੂੰ ਸਮਝਾਇਆ ਜਾਂਦਾ ਹੈ ਕਿ ਘੱਟ ਟੈਂਪੋ, ਮਾਈਨਰ ਕੀਜ਼ ਤੇ ਪਿਆਨੋ ਸੋਲੋਜ਼ ਦੁੱਖ ਨਾਲ ਜੁੜੇ ਹੁੰਦੇ ਹਨ, ਤੇ ਇਸ ਤੋਂ ਉਲਟ ਅਪ ਟੈਂਪੋ, ਮੇਜਰ ਕੀਜ਼ ਤੇ ਬਾਉਂਸੀ ਪਿਆਨੋ ਨੂੰ ਖੁਸ਼ੀ ਵਾਲੇ ਸੰਗੀਤ ਨਾਲ ਜੋੜਿਆ ਗਿਆ ਹੈ। ਇਹ ਸਭ ਕੁਝ ਹੱਦ ਤੱਕ ਜ਼ਰੂਰ ਕੰਮ ਆਉਂਦਾ ਹੈ, ਪਰ ਮੁੱਖ ਤੌਰ ਤੇ ਕੋਈ ਸੰਗੀਤ ਤੁਹਾਡੇ ਵਾਸਤੇ ਇਸ ਲਈ ਦੁਖੀ ਹੁੰਦਾ ਹੈ ਕਿਉਂਕਿ ਉਸ ਗੀਤ ਵੇਲੇ ਕੁਝ ਇਹੋ ਜਿਹਾ ਹੋਇਆ ਸੀ ਜਿਸ ਨਾਲ ਤੁਹਾਨੂੰ ਦੁੱਖ ਹੋਇਆ, ਤੇ ਤਾਂ ਹੀ ਤੁਸੀਂ ਜਦ ਉਸ ਗੀਤ ਨੂੰ ਸੁਣਦੇ ਹੋ ਤੁਹਾਡਾ ਮਨ ਤੁਹਾਡੇ ਉਸੇ ਭਾਵ ਨੂੰ ਮਹਿਸੂਸ ਕਰਾ ਦਿੰਦਾ ਹੈ, ਫਿਰ ਚਾਹੇ ਉਹ ਦੁੱਖ ਤੁਹਾਡਾ ਹੋਵੇ ਜਾਂ ਤੁਹਾਡੇ ਫੇਵਰੇਟ ਐਕਟਰ ਦਾ। ਮਿਊਜ਼ਿਕ ਦੀ ਦੁਨੀਆ ਦੀ ਇਹ ਬਾਰੀਕੀਆਂ ਮਿਊਜ਼ਿਕ ਕੰਪੋਜ਼ਰਸ ਖੂਬ ਸਮਝਦੇ ਹਨ। ਅੱਗੇ ਪੇਸ਼ ਹੈ ਦੀਦਾਰ ਸੰਧੂ ਤੇ ਸਨੇਹਲਤਾ ਦਾ ਗਾਇਆ ਗੀਤ ਨਾ ਕਰ ਮੈਨੂੰ ਪਿਆਰ। ਤੁਸੀਂ ਸੁਣੋ ਮੈਂ ਹਾਜ਼ਰ ਹੋਈ ਕਾਰਵਾਂ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਖਾਲੀ ਕਸਾ ਇੱਕ ਦਿਨ ਇੱਥੇ ਭੰਨਣਾ ਪੈਣਾ ਆ, ਤੇਰਾ ਭਾਣਾ ਮਿੱਠਾ ਕਰਕੇ ਮੰਨਣਾ ਪੈਣਾ ਆ, ਤੇਰਾ ਭਾਣਾ ਮਿੱਠਾ ਕਰਕੇ ਮੰਨਣਾ ਪੈਣਾ ਆ। ਲੈਂਦੇ ਬੰਨੇ ਬੱਦਲ ਸਣ ਪਾਣੀ ਮੱਚੀ ਜਾਵਣ, ਉਹਨਾਂ ਦਾ ਸੂਰਜ ਡੁੱਬਾ ਮੇਰੇ ਹਾਣੀ ਮੱਚੀ ਜਾਵਣ, ਦੋਨਾਂ ਨੂੰ ਇਕੱਠੇ ਬਹਿ ਕੇ ਕੀਰਤ ਬੰਨਣਾ ਪੈਣਾ ਆ, ਤੇਰਾ ਭਾਣਾ ਮਿੱਠਾ ਕਰਕੇ ਮੰਨਣਾ ਪੈਣਾ ਆ। ਜਗ ਤੋਂ ਕਿਵੇਂ ਲਿਖੋਵੇਂਗਾ ਜਦ ਮੈਂ ਡੋਲੀ ਚੜ ਗਈ ਵਿੱਕੀ ਦੇ ਗਲ ਲੱਗ ਰੋਵੇਂਗਾ। ਕਰ ਇਸ਼ਕ ਤੇਰੇ ਦੀ ਪੂਜਾ ਅਸੀਂ ਤਾਂ ਆਸ਼ਕ ਅਖਵਾਏ, ਆਸ਼ਕ ਵੀ ਪੂਜੇ ਜਾਂਦੇ ਜੋ ਸੱਚ ਕਮਾਵਣ ਆਏ, ਤੇਰੀ ਰਹਿਮਤ ਦਿਲੀ ਤੇ ਜੀਣਾ ਨਹੀਂ ਤਾਂ ਚੱਲਣਾ ਪੈਣਾ ਆ, ਤੇਰਾ ਭਾਣਾ ਮਿੱਠਾ ਕਰਕੇ ਮੰਨਣਾ ਪੈਣਾ ਆ। ਜਦ ਮੈਂ ਢੋਲੀ ਚੜ ਗਈ ਵਿੱਕੀ ਦੇ ਗਲ ਲੱਗ ਰੋਵੇਂਗਾ। ਹਰ ਹਫਤੇ ਅਸੀਂ ਕਾਰਵਾਂ ਕਲਾਸਿਕ ਦਾ ਇੱਕ ਨਵਾਂ ਐਪੀਸੋਡ ਪੇਸ਼ ਕਰ ਰਹੇ ਹਾਂ ਸਿਰਫ ਤੁਹਾਡੇ ਲਈ।
ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਗੀਤਾਂ ਦੇ ਨਾਲ ਅਸੀਂ ਆਪਣੇ ਜੀਵਨ ਦੇ ਹਰ ਮੋੜ ਤੇ ਜੁੜਦੇ ਹਾਂ। ਵਿਛੋੜਾ, ਗਮ, ਕਿਸੇ ਦੇ ਦੂਰ ਜਾਣ ਦਾ ਦੁੱਖ, ਧੋਖਾ ਤੇ ਪਿਆਰ ਵਿੱਚ ਹਾਰ, ਹਰ ਭਾਵ ਇੱਕੋ ਨਾਲ ਦੇ ਸੰਗੀਤ ਨਾਲ ਸਾਨੂੰ ਜੋੜਦਾ ਹੈ। ਉਹ ਹੈ ਸੈਡ ਮਿਊਜ਼ਿਕ, ਜਿਸ ਰਾਹੀਂ ਅਸੀਂ ਆਪਣੇ ਦੁੱਖ ਨੂੰ ਹਲਕਾ ਕਰਕੇ ਅੱਗੇ ਵੱਧ ਸਕਦੇ ਹਾਂ। ਇਹੀ ਜ਼ਰੀਆ ਹੁੰਦਾ ਹੈ ਜਿਸ ਨਾਲ ਅਸੀਂ ਨਵੇਂ ਤਜਰਬਿਆਂ ਲਈ ਆਪਣੇ ਆਪ ਨੂੰ ਤਿਆਰ ਕਰ ਸਕਦੇ ਹਾਂ। ਅੱਜ ਇਸ ਭਾਵ ਬਾਰੇ ਇੰਨਾ ਹੀ, ਜਲਦ ਹੀ ਫੇਰ ਮਿਲਾਂਗੀ ਪੰਜਾਬੀ ਸੰਗੀਤ ਦੇ ਕਿਸੇ ਹੋਰ ਪਹਿਲੂ ਨਾਲ ਤੁਹਾਨੂੰ ਜੋੜਨ ਲਈ। ਤਦ ਤੱਕ ਰੱਬ ਰਾਖਾ। ਤੁਹਾਨੂੰ ਮੈਂ ਛੱਡ ਕੇ ਜਾ ਰਹੀ ਹਾਂ ਆਸਾ ਸਿੰਘ ਮਸਤਾਨਾ ਜੀ ਦੇ ਗੀਤ ਜਦੋਂ ਮੇਰੀ ਅਰਥੀ ਉਠਾ ਕੇ ਚੱਲੇ ਨਾਲ। ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋਅ ਸਾਰੇ ਗਾਵਾਂ ਪੰਜਾਬੀ ਯੂਟਿਊਬ ਚੈਨਲ ਤੇ ਖੁਸ਼ਬੂ ਦੇ ਨਾਲ। ਲੜਾਂਗੇ ਮੇਰੇ ਯਾਰ ਸਭ ਹੁਮਾ ਕੇ ਚੱਲਣਗੇ, ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ, ਮੇਰੇ ਯਾਰ ਸਭ ਹੁਮਾ ਕੇ ਚੱਲਣਗੇ। ਚੱਲਣਗੇ ਮੇਰੇ ਨਾਲ, ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ, ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ, ਇਹ ਵੱਖਰੀ ਇਹ ਗੱਲ ਮੁਸਕੁਰਾ ਕੇ ਚੱਲਣਗੇ, ਮੇਰੇ ਯਾਰ ਸਭ ਹੁਮਾ ਕੇ ਚੱਲਣਗੇ। ਚੱਲਣਗੇ
गईया तन तेली रैया तन तेलीरा मेरे जिंदगी पर मरण बाद मैनू सजा के चलनगे मेरे यार सब हुमा के चलनगे जदों मेरी अर्थी उठा के चलनगे मेरे यार सब हुमा के चलनगे जिन्ना दे मैं पैराच जिन्ना दे मैं पैराच रुलदा रहा जिन्ना दे मैं पैराच रुलदा रहा ओ हत्था ते मैनू चलनगे मेरे यार सब हुमा के चलनगे मेरे यार मोड़ा वटावन बहाने तेरे दर ते सजदा करा के चलनगे मेरे यार सब हुमा के चलनगे बिठाया जिनानु मैं पलकां दी छावे बिठाया जिनानु मैं पलकां दी छावे ओ पल की होई अग ते बिठा के चलनगे मेरे यार सब हुमा के चलनगे जदों मेरी अर्थी उठा के चलनगे मेरे यार सब हुमा के चलनगे जदों मेरी अर्थी उठा के चलनगे मेरे यार सब हुमा के चलनगे ट्यून इन करो हर हफ्ते ते सारे गामा पंजाबी चैनल नू सब्सक्राइब करके नोटिफिकेशंस ऑन कर लो ता जो कोई एपिसोड मिस ना होवे बाद
ते लाइया ते तोड़ने भावी छड़ के ना जावी छड़ के ना जावी बीवा छड़ के ना जावी ऐस ताज महल उते एहो सोताई ऐस ताज महल उते एहो सोताई जिंदगी चलाईए तेरे नाल लाईए नी तेरे नाल लाईए लाईआते तोड़नी भावी छड़ के ना जावी छड़ के ना जावी लगा तो हानू ए शो कमेंट सेक्शन विच लिख के सानू जरूर दस्यो ते एस एपिसोड नू अपने दोस्तां ते परिवार नाल जरूर शेयर करेओ।